ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਅਤੇ ਪ੍ਰੈਸ ਕਰੋ ਬੈਲ ਆਈਕਨ ਨੂੰ ਤਾਂ ਕਿ ਤੁਹਾਨੂੰ ਮਿਲ ਸਕੇ ਨਵੀਂ ਵੀਡੀਓ ਦੀ ਅਪਡੇਟ ਸਭ ਤੋਂ ਪਹਿਲਾਂ। ਵੀਰ ਜੀ ਕੀ ਨਾਂ ਆਪਣਾ? ਜਸਵੀਰ ਸਿੰਘ। ਕੀ ਕੰਮ ਕਰਦੇ ਤੁਸੀਂ? ਸਟੱਡੀ ਕਰਦੇ ਹਾਂ। ਅਤੇ ਕਿੰਨੀ ਵਾਰ ਖੂਨਦਾਨ ਕਰ ਰਹੇ ਹੋ ਅੱਜ? ਦੂਜੀ ਵਾਰ ਜੀ। ਚਲੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਅਸੀਂ ਆਸ ਕਰਦੇ ਹਾਂ ਵੀ ਤੁਸੀਂ 20 ਵਾਰ, 25 ਵਾਰ, 40 ਵਾਰ, 50 ਵਾਰ ਹੀ ਖੂਨਦਾਨ ਕਰੋ। ਅਤੇ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਖੂਨਦਾਨ ਕਰਕੇ? ਬਹੁਤ ਵਧੀਆ ਲੱਗ ਰਿਹਾ ਜੀ। ਅਤੇ ਆਪਾਂ ਚਾਹਾਂਗੇ ਫਿਊਚਰ ਦੇ ਵਿੱਚ ਆਪਣੇ ਪਿੰਡ ਵਿੱਚ ਕੈਂਪ ਲੱਗੇ। ਹਾਂਜੀ ਸਰ। ਚਲੋ ਵਧਾਈਆਂ ਜੀ ਬਹੁਤ ਬਹੁਤ। ਅਤੇ ਵੀਰ ਜੀ ਤੁਸੀਂ ਪਹਿਲਾਂ ਕੈਂਪ ਲਾ ਰਹੇ ਹੋ ਉੱਥੇ? ਹਾਂਜੀ, ਸਾਡੇ ਪਿੰਡ ਵਿੱਚ ਹੀ ਪਹਿਲਾਂ ਕੈਂਪ ਲੱਗ ਰਿਹਾ ਜੀ। ਸੋ ਬਹੁਤ ਚੰਗੀ ਗੱਲ ਹੈ ਜੀ, ਪਿੰਡ ਲੈਵਲ 'ਤੇ ਇਹੋ ਜਿਹਾ ਕੈਂਪ ਲੱਗਣੇ। ਸੋ ਜਦੋਂ ਕਿ ਅਸੀਂ ਖੂਨਦਾਨ ਕੈਂਪ ਮਹਿਤਪੁਰ ਦੇ ਵਿੱਚ ਲਾਉਣਾ ਸ਼ੁਰੂ ਕੀਤਾ ਸੀ 1990 ਦੇ ਨੇੜੇ, ਅਤੇ ਉਹਨਾਂ ਦਿਨਾਂ ਦੇ ਵਿੱਚ ਬੜਾ ਔਖਾ ਕੰਮ ਸੀ ਕਿਸੇ ਨੂੰ ਖੂਨਦਾਨ ਲਈ ਕਹਿਣਾ। ਲੇਕਿਨ ਬੜੀ ਖੁਸ਼ੀ ਵਾਲੀ ਗੱਲ ਹੈ, ਦੇਖੋ ਕਿਵੇਂ ਨੌਜਵਾਨ ਵੀਰ ਸਾਡੇ ਖੂਨਦਾਨ ਕਰਨ ਆਏ ਆ। ਅਤੇ ਮੈਂ ਸ਼ੁਕਰੀਆ ਕਰਦਾ ਜੀ ਸਾਰੇ ਆਪਣੇ ਭਰਾਵਾਂ ਦਾ ਜਿਨ੍ਹਾਂ ਨੂੰ ਇੱਕ ਵਾਰ ਅਸੀਂ ਕਹਿਣ 'ਤੇ ਸਾਰੇ ਇੱਥੇ ਸਾਡੇ ਕੋਲ ਪਹੁੰਚੇ ਆ ਅਤੇ ਆਪਣਾ ਯੋਗਦਾਨ ਦੇ ਰਹੇ ਨੇ। ਤੁਸੀਂ ਭਾਈ ਖੂਨਦਾਨ ਕਰ ਚੁੱਕੇ? ਹਾਂਜੀ ਬਹੁਤ ਬਹੁਤ। ਕੀ ਨਾਂ ਆਪਣਾ? ਮੇਰਾ ਨਾਮ ਮਨਦੀਪ ਸਿੰਘ। ਕਿੰਨੀ ਵਾਰ ਖੂਨਦਾਨ ਕੀਤਾ ਤੁਸੀਂ? ਸਰ ਕੋਈ ਯਾਦ ਨਹੀਂ, ਬਹੁਤ ਵਾਰ ਕਰ। ਬਹੁਤ ਵਧੀਆ ਜੀ। ਸੋ ਮੁਬਾਰਕਾਂ ਜੀ ਬਹੁਤ ਬਹੁਤ ਵੀਰਾਂ ਨੂੰ। ਵੀਰ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਹੈਗਾ ਰਵਿੰਦਰ ਸਿੰਘ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਕਰਦਾ ਸਟੱਡੀ, BA ਫਾਈਨਲ ਈਅਰ 'ਚ। ਕਿਹੜੀ ਜਗ੍ਹਾ ਪੜ੍ਹਦੇ ਹੋ? ਮੈਂ ਗੁਰੂ ਨਾਨਕ ਨੈਸ਼ਨਲ ਕਾਲਜ। ਤੁਸੀਂ ਕਿੰਨੀ ਵਾਰ ਖੂਨਦਾਨ ਕਰ ਰਹੇ ਹੋ ਅੱਜ? ਮੈਂ ਜੀ ਦੂਜੀ ਵਾਰੀ ਕਰ ਰਿਹਾ। ਦੂਜੀ ਵਾਰ? ਅੱਛਾ, ਦੂਸਰੀ ਵਾਰੀ ਖੂਨਦਾਨ ਕਰਕੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਮਤਲਬ ਆਪਾਂ ਚਾਹਾਂਗੇ ਵੀ ਫਿਊਚਰ ਦੇ ਵਿੱਚ ਹਾਂਜੀ ਗਾਂ ਵੀ ਅੱਗੇ ਵੀ ਕਰੀਏ। ਹਾਂਜੀ ਦਾਨ ਠੀਕ। ਚਲੋ ਅੱਜ ਮੇਰੇ ਦੋਸਤਾਂ ਨੇ ਪੰਡੋਰੀ ਖਾਸ ਦੇ ਵਿੱਚ ਨੇੜੇ ਨਕੋਦਰ ਖੂਨਦਾਨ ਕੈਂਪ ਲਾਇਆ। ਹਾਂਜੀ ਹਾਂਜੀ। ਔਰ 10 ਦੇ ਨੇੜੇ ਤੇੜੇ ਡੋਨਰ ਜਿਹੜੇ ਖੂਨਦਾਨ ਕਰ ਚੁੱਕੇ ਆ। ਅਸੀਂ ਆਸ ਕਰਦੇ ਹਾਂ ਵੀ ਇਹ ਮੇਰੇ ਦੋਸਤ ਫਿਊਚਰ ਦੇ ਵਿੱਚ ਵੀ ਕੈਂਪ ਲਗਾਉਂਦੇ ਰਹਿਣਗੇ। ਹਾਂਜੀ ਹਾਂਜੀ। ਸੋ ਬਹੁਤ ਵਧੀਆ, ਵਧਾਈਆਂ ਜੀ ਤੁਹਾਨੂੰ, ਮੁਬਾਰਕਾਂ ਬਹੁਤ ਬਹੁਤ ਸਾਰੇ ਦੋਸਤਾਂ ਨੂੰ। ਥੈਂਕ ਯੂ ਵੈਰੀ ਮੱਚ। ਭੈਣ ਜੀ ਕੀ ਨਾਂ ਤੁਹਾਡਾ? ਰਮਨਦੀਪ ਕੌਰ। ਇਹੀ ਪਿੰਡ ਆਪਣਾ? ਹਾਂਜੀ। ਅਤੇ ਕੀ ਕੰਮ ਕਰਦੇ ਹੋ ਤੁਸੀਂ? ਕੁਛ ਨਹੀਂ, ਬਸ ਘਰ ਘਰ ਦਾ ਕੰਮ ਕਰਦੇ। ਕਿੰਨੀ ਉਮਰ ਆ ਤੁਹਾਡੀ? 29। ਪਹਿਲੀ ਵਾਰੀ ਖੂਨਦਾਨ ਕਰ ਰਹੇ ਹੋ? ਹਾਂਜੀ। ਬਹੁਤ ਵਧੀਆ, ਮੁਬਾਰਕਾਂ ਜੀ ਤੁਹਾਨੂੰ। ਅਸੀਂ ਆਸ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ 10 ਵਾਰੀ, 20 ਵਾਰੀ, 50 ਵਾਰੀ ਖੂਨਦਾਨ ਕਰੋ। ਵਧਾਈਆਂ ਜੀ ਬਹੁਤ ਬਹੁਤ। ਥੈਂਕ ਯੂ। ਅਮਨਦੀਪ ਕੌਰ। ਇਹੀ ਪਿੰਡ ਆਪਣਾ? ਪਿੰਡ ਮੇਰਾ ਜੀ ਮਊ ਵਾਲਾ ਜੀ। ਮਊ ਵਾਲਾ? ਇਹ ਕਿੰਨੀ ਉਮਰ ਆ ਤੁਹਾਡੀ? ਮੇਰੀ 29 ਸਾਲ। ਕੀ ਕੰਮ ਕਾਰ ਕਰਦੇ ਹੋ ਤੁਸੀਂ? ਸਾਡੀ ਸ਼ੋਪ ਹੀ ਹੈ ਜੀ ਵੈਸੇ। ਓਕੇ, ਬਹੁਤ ਵਧੀਆ ਜੀ। ਅਤੇ ਅੱਜ ਤੁਸੀਂ ਕਿੰਨੀ ਵਾਰ ਖੂਨਦਾਨ ਕੀਤਾ ਜੀ? ਫਸਟ ਹੈਂਡ ਜੀ। ਬਹੁਤ ਵਧੀਆ, ਪਹਿਲੀ ਵਾਰ ਵੀਰ ਜੀ ਖੂਨਦਾਨ ਕਰ ਰਹੇ, ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਅਸੀਂ ਆਸ ਕਰਦੇ ਹਾਂ ਤੁਸੀਂ ਭਿੱਖ ਦੇ ਵਿੱਚ ਇਸੇ ਤਰ੍ਹਾਂ ਮੱਥਾ ਦੀ ਸੇਵਾ ਕਰਦੇ ਰਹੋਗੇ। ਵੀਰ ਜੀ ਕੀ ਨਾਂ ਆਪਣਾ? ਮਨਪ੍ਰੀਤ ਸਿੰਘ। ਇਹੀ ਪਿੰਡ ਆਪਣਾ? ਨਹੀਂ, ਮੇਰਾ ਪਿੰਡ ਦਰਗਾਬਾਦ। ਬਹੁਤ ਵਧੀਆ। ਕਿੰਨੀ ਉਮਰ ਆ ਤੁਹਾਡੀ? 22 ਸਾਲ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਸਟੱਡੀ ਕਰਦਾ। ਬਹੁਤ ਵਧੀਆ ਜੀ। ਅਤੇ ਕਿੰਨੀ ਵਾਰ ਖੂਨਦਾਨ ਕੀਤਾ? ਮੈਂ ਪਹਿਲੀ ਵਾਰ ਕੀਤਾ। ਬਹੁਤ ਵਧੀਆ, ਮੁਬਾਰਕਾਂ ਜੀ ਤੁਹਾਨੂੰ। ਬਹੁਤ ਬਹੁਤ ਪਹਿਲੀ ਵਾਰ ਖੂਨਦਾਨ ਕਰ ਰਹੇ ਨੇ ਵੀਰ, ਅਤੇ ਅਸੀਂ ਆਸ ਕਰਦੇ ਹਾਂ ਵੀ ਤੁਸੀਂ ਭਵਿੱਖ ਦੇ ਵਿੱਚ ਇਸੇ ਤਰ੍ਹਾਂ ਇਹ ਮਨੁੱਖਤਾ ਦੀ ਸੇਵਾ ਕਰਦੇ ਰਹੋਗੇ। ਸੋ ਗੱਲ ਕਰਦੇ ਹਾਂ ਵੀਰ ਜੀ ਭਾਅ ਜੀ ਰਣਜੀਤ ਸਿੰਘ ਜੀ ਨਾਲ। ਹਾਂਜੀ। ਵੀਰ ਜੀ ਆਪਣਾ ਇਹੀ ਪਿੰਡ ਹੈ? ਹਾਂਜੀ ਇਹੀ ਹੈ ਜੀ। ਕੀ ਕੰਮ ਕਰਦੇ ਹੋ ਤੁਸੀਂ? ਬਸ ਰਹਿੰਦੇ ਜੀ। ਓਕੇ ਓਕੇ, ਕਨੇਡਾ ਰਹਿੰਦੇ। ਅਤੇ ਜਿਹੜਾ ਆਪਣੇ ਨੌਜਵਾਨ ਵੀਰਾਂ ਨੇ ਖੂਨਦਾਨ ਕੈਂਪ ਲਾਇਆ, ਤੁਹਾਨੂੰ ਇਹਦੇ ਵਿੱਚ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਵਧੀਆ ਜੀ, ਚੰਗਾ ਕੰਮ ਕਰ ਰਹੇ। ਚਲੋ ਇਹ ਮਨੁੱਖਤਾ ਦੀ ਸੇਵਾ, ਮੇਰਾ ਖਿਆਲ ਆ ਵੀ ਨੌਜਵਾਨ ਵੀਰ ਇਸੇ ਤਰ੍ਹਾਂ ਕਰਦੇ ਰਹਿਣ। ਬਾਕੀ ਕੰਮ ਤਾਂ ਹੁੰਦੇ ਰਹਿੰਦੇ, ਚੱਲੇ ਵੀ ਸਭ ਤੋਂ ਵਧੀਆ। ਹਾਂਜੀ ਹਾਂਜੀ। ਮਤਲਬ ਜੇ ਸਹੀ ਮਹੀਨਿਆਂ ਵਿੱਚ ਖੂਨਦਾਨ ਮਹਾਂਦਾਨ ਹੈ, ਖੂਨਦਾਨ ਜੀਵਨਦਾਨ ਹੈ। ਸੋ ਜਿਹੜੇ ਇਹ ਵੀਰ ਖੂਨਦਾਨ ਅੱਜ ਕਰ ਰਹੇ ਆ, ਇਹਦੇ ਵਾਸਤੇ 5-6 ਮਰੀਜ਼ ਜਿਹੜੇ ਵੇਟ ਕਰਦੇ ਹੋਣੇ ਵੀ ਕਦੋਂ ਭਾਈ ਸਾਹਿਬ ਖੂਨਦਾਨ ਕਰਨਗੇ ਸਾਨੂੰ ਬਲੱਡ ਮਿਲੂਗਾ। ਜੀ ਬਿਲਕੁਲ, ਇਹ ਸਹੀ ਮਹੀਨੇ ਦੇ ਵਿੱਚ ਇਹ ਇੱਕ ਜ਼ਿੰਦਗੀ ਬਚਾਉਣ ਵਾਲਾ ਦਾਨ ਹੈ। ਔਰ ਅਸੀਂ ਆਸ ਕਰਦੇ ਹਾਂ ਤੁਹਾਡੇ ਵਰਗੇ ਦੋਸਤਾਂ ਦੇ ਸਹਿਯੋਗ ਦੇ ਨਾਲ ਇਹ ਨੌਜਵਾਨ ਵੀਰ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ। ਧੰਨਵਾਦ ਜੀ ਬਹੁਤ। ਵੀਰ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਜੀਵਨਦਾਸ ਹੈ ਜੀ। ਅੱਛਾ, ਤੁਸੀਂ ਖੂਨਦਾਨ ਕੀਤਾ ਹੁਣੇ ਕੈਂਪ ਦੇ ਵਿੱਚ ਜੀ? ਕਿੰਨੀ ਵਾਰ ਤੁਸੀਂ ਅੱਜ ਬਲੱਡ ਡੋਨੇਟ ਕੀਤਾ? ਸਰ ਮੈਂ 6ਵੀਂ ਵਾਰ ਕੀਤਾ। ਬਹੁਤ ਵਧੀਆ, ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ। ਅਤੇ ਕੀ ਕੰਮ ਕਾਰ ਕਰਦੇ ਹੋ ਤੁਸੀਂ? ਸਰ ਮੈਂ ਐਕਚੁਲੀ ਮੈਂ ਆਰਮੀ 'ਚ ਹੈ। ਵੈਰੀ ਗੁੱਡ। ਮੈਨੂੰ ਪਤਾ ਲੱਗਾ ਕਿ ਖੂਨ ਕੈਂਪ ਲੱਗ ਰਿਹਾ, ਮੇਰਾ ਬ੍ਰਦਰ ਹੈ, ਇਹਨਾਂ ਦਾ ਮੁੰਡਾ ਪ੍ਰੇਮੀ ਬਹੁਤ ਜ਼ਿਆਦਾ। ਮੁਬਾਰਕਾਂ ਜੀ ਬਹੁਤ ਬਹੁਤ ਤੁਹਾਨੂੰ ਵੀ। ਮੈਂ ਅੱਜ ਡਿਊਟੀ 'ਤੇ ਜਾਣਾ, ਮੈਂ ਚੱਲ ਬਲੱਡ ਡੋਨੇਟ ਕਰਕੇ ਨਾ ਕਿਸੇ ਦੀ ਚਲੋ ਸਹਾਇਤਾ ਹੋ ਜਾਂਦੀ ਹੈ। ਨਹੀਂ ਬਹੁਤ ਵੱਡਾ ਕੰਮ ਆ ਜੀ। ਅਤੇ ਕਿੱਥੇ ਡਿਊਟੀ ਆਪਣੀ ਅੱਜ ਕੱਲ੍ਹ? ਸਰ ਮੈਂ ਲੁਧਿਆਣੇ ਡਿਊਟੀ ਕਰ ਰਿਹਾ। ਬਹੁਤ ਵਧੀਆ ਜੀ। ਲਓ ਜੀ, ਇਹ ਵੀਰ ਸਾਡੇ ਫੌਜੀ ਵੀਰ ਨੇ, ਆਰਮੀ ਦੇ ਵਿੱਚ ਡਿਊਟੀ ਕਰ ਰਹੇ। ਔਰ ਬੜੀ ਖੁਸ਼ੀ ਵਾਲੀ ਗੱਲ ਆ ਵੀ ਇਹਨਾਂ ਨੇ ਹੁਣੇ ਖੂਨਦਾਨ ਕੀਤਾ ਔਰ ਹੁਣ ਆਪਣੀ ਡਿਊਟੀ ਜੁਆਇਨ ਕਰਨ ਵਾਸਤੇ ਲੁਧਿਆਣੇ ਜਾ ਰਿਹਾ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ। ਅਸੀਂ ਆਸ ਕਰਦੇ ਹਾਂ ਭਵਿੱਖ ਦੇ ਵਿੱਚ ਆਪਣੀਆਂ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਬਿਲਕੁਲ। ਸੋ ਆਪਾਂ ਮਨੁੱਖਤਾ ਦੀ ਸੇਵਾ ਵਾਸਤੇ ਇਸੇ ਤਰ੍ਹਾਂ ਖੂਨਦਾਨ ਕਰਦੇ ਰਹਾਂਗੇ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ।
ਭਾਅ ਜੀ ਕੀ ਨਾਂ ਆਪਣਾ? ਹਰਜਿੰਦਰ ਸਿੰਘ ਭਾਅ ਜੀ। ਕਿੰਨੀ ਉਮਰ ਹੈ ਤੁਹਾਡੀ? 22 ਸਾਲ। ਕੀ ਕੰਮ ਕਰਦੇ ਹੋ? ਖੇਤੀਬਾੜੀ ਭਾਅ ਜੀ। ਅੱਛਾ, ਤੁਸੀਂ ਅੱਜ ਪਹਿਲੀ ਵਾਰੀ ਖੂਨਦਾਨ ਕੀਤਾ? ਹਾਂਜੀ। ਬਹੁਤ ਬਹੁਤ ਮੁਬਾਰਕਾਂ ਜੀ ਵੀਰੋ। ਤੋ ਭਾਅ ਜੀ ਕੀ ਨਾਂ ਤੁਹਾਡਾ? ਪਰਨੀਕ ਸਿੰਘ। ਕੀ ਕੰਮ ਕਰਦੇ ਹੋ ਆਪਾਂ? ਇਲੈਕਟ੍ਰੀਸ਼ਨ ਦਾ ਜੀ। ਵੈਰੀ ਗੁੱਡ। ਅਤੇ ਜਿਹੜਾ ਨੌਜਵਾਨ ਵੀਰਾਂ ਨੇ ਆਪਣੇ ਪਿੰਡ ਵਿੱਚ ਕੈਂਪ ਲਾਇਆ, ਬਹੁਤ ਹੀ ਪੁੰਦਾ ਕੰਮ ਕੀਤਾ, ਤੁਹਾਨੂੰ ਕਿੱਦਾਂ ਦਾ ਲੱਗਦਾ ਜੀ? ਬਹੁਤ ਵਧੀਆ। ਸੋ ਆਪਾਂ ਇਹਨਾਂ ਦੋਸਤਾਂ ਦੀ ਇਸੇ ਤਰ੍ਹਾਂ ਹੈਲਪ ਕਰਨੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਸਾਲ ਇਸ ਤਰ੍ਹਾਂ ਦੇ ਕੈਂਪ ਲਾਉਂਦੇ ਰਹਿਣ ਔਰ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਔਰ ਕੋਈ ਵੀ ਸਾਡਾ ਜਿਹੜਾ ਪੇਸ਼ੈਂਟ ਆ ਉਹ ਖੂਨ ਦੀ ਘਾਟ ਤੋਂ ਮੌਤ ਦੇ ਮੂੰਹ ਵਿੱਚ ਨਾ ਜਾਵੇ। ਸੋ ਇਹ ਮੇਰੇ ਵੀਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਮਨੁੱਖਤਾ ਦੀ ਸੇਵਾ ਵਾਸਤੇ। ਸੋ ਇਹ ਵੀਰ ਪਹਿਲੀ ਵਾਰੀ ਖੂਨਦਾਨ ਕਰ ਰਿਹਾ, ਇਹਦੇ ਵਾਸਤੇ ਇਹਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਵੈਰੀ ਮੱਚ।